ਅੱਜ ਦਾ ਜਿਹੜਾ ਸ਼ੋਅ ਹੈਗਾ ਸਪੈਸ਼ਲੀ USA ਦਾ ਡਾਕੂਮੈਂਟਸ ਨੂੰ ਲੈ ਕੇ ਹੈਗਾ, ਕਿਉਂਕਿ ਇਸ ਟਾਈਮ ਅਗਰ ਟ੍ਰੈਂਡ ਦੀ ਗੱਲ ਕਰੀਏ, USA ਦੀ ਅਪੁਆਇੰਟਮੈਂਟਸ ਮਿਲਣੀਆਂ ਵੀ ਸਟਾਰਟ ਹੋ ਗਈਆਂ ਵਾ, ਪਲੱਸ ਰਿਜ਼ਲਟਸ ਆਉਣੇ ਵੀ ਸਟਾਰਟ ਹੋ ਗਿਆ। ਅੱਜ ਰੀਸੈਂਟਲੀ ਸਾਡਾ USA ਦਾ ਵੀਜ਼ਾ ਵੀ ਆਇਆ ਵਾ, ਸੋ ਟ੍ਰੈਂਡ ਕਾਫੀ ਵਧੀਆ ਨਜ਼ਰ ਆ ਰਿਹਾ। ਸੋ ਹੁਣ ਡਾਕੂਮੈਂਟਸ ਨੂੰ ਲੈ ਕੇ ਆਪਾਂ ਗੱਲ ਕਰਾਂਗੇ। ਸੋ ਇਸ ਟਾਈਮ ਅੰਬੈਸੀ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰ ਰਹੀ ਆ। ਸੋ ਅਗਰ ਪਹਿਲੇ ਆਪਾਂ ਸਟੈਪ 'ਤੇ ਆਉਂਦੇ ਹਾਂ I-20 ਜਦੋਂ ਅਸੀਂ ਅਪਲਾਈ ਕਰਦੇ ਹਾਂ, ਸੋ ਜਿਹੜੇ ਤੁਸੀਂ ਆਪਣੇ ਡਾਕੂਮੈਂਟਸ ਲਗਾ ਰਹੇ ਹੋ, ਲਾਈਕ ਐਕਸਪੀਰੀਅੰਸ ਹੈਗਾ ਜਾਂ ਕੁਛ ਹੋਰ ਤੁਹਾਡਾ ਗੈਪ ਕਵਰ ਕਰ ਰਹੇ ਹੋ, ਉਹ ਜੈਨੂਅਨ ਹੋਣਾ ਚਾਹੀਦਾ, ਉਹ ਵੈਰੀਫਾਈ ਕਰ ਸਕਦੇ ਆ। ਔਰ ਸਭ ਤੋਂ ਮੇਨ ਜਿਹੜਾ ਇਸ ਟਾਈਮ ਮੇਨ ਚੀਜ਼ ਮਾਰਕੀਟ ਦੇ ਵਿੱਚ ਸਟੂਡੈਂਟਸ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ, ਉਹ ਫੰਡਸ ਦੇ ਨਾਮ 'ਤੇ। ਸੋ ਧਿਆਨ ਨਾਲ ਗੱਲ ਨੂੰ ਸਮਝੋ ਕਿ ਫੰਡਸ ਅੰਬੈਸੀ ਵੀ ਦੇਖਦੀ ਆ ਔਰ ਯੂਨੀਵਰਸਿਟੀ ਵੀ ਦੇਖਦੀ ਆ। ਜਦੋਂ ਅਸੀਂ I-20 ਅਪਲਾਈ ਕਰਦੇ ਹਾਂ, ਸਾਨੂੰ ਅਸੈਪਟੈਂਸ ਆਉਂਦੀ ਆ ਪਹਿਲੇ, ਦੈਨ ਸਾਨੂੰ ਯੂਨੀਵਰਸਿਟੀ ਨੂੰ ਵੀ ਫੰਡਸ ਭੇਜਣੇ ਹੁੰਦੇ ਆ। ਸੋ ਫੰਡਸ ਜੈਨੂਅਨ ਲਗਾਓ, ਐਡੀਟਿੰਗ ਨਾ ਲਗਾਓ, ਕਿਉਂਕਿ ਉਹ ਵੈਰੀਫਾਈ ਹੋ ਰਿਹਾ। ਔਰ ਉਹ ਤੋਂ ਬਾਅਦ ਅੰਬੈਸੀ ਜਦੋਂ ਤੁਸੀਂ ਜਾਂਦੇ ਹੋ, ਅਗੇਨ ਤੁਹਾਨੂੰ ਫੰਡਸ ਚਾਹੀਦੇ ਹੁੰਦੇ ਆ। ਨੋ ਡਾਊਟ USA ਦੇ ਵਿੱਚ ਜਿਹੜੇ ਫੰਡਸ ਹੈਗੇ ਆ, ਰਾਊਂਡ ਅਬਾਊਟ 30-35 ਲੈਕਿਟਸ, ਡਿਪੈਂਡ ਅਪੋਨ ਕਿ ਤੁਸੀਂ ਐਸੋਸੀਏਟ ਡਿਗਰੀ ਲਿੱਤੀ ਆ ਜਾਂ ਡਿਗਰੀ ਲਿੱਤੀ ਆ, ਪਲੱਸ ਤੁਹਾਡੀ ਲਿਵਿੰਗ ਕੋਸਟ, ਜੋ ਵੀ ਦੋਨਾਂ ਨੂੰ ਮਿਲਾ ਕੇ ਖਰਚਾ ਹੁੰਦਾ ਉਹਨਾਂ ਸਾਨੂੰ ਸ਼ੋਅ ਕਰਨਾ ਪੈਂਦਾ। ਕਿਉਂਕਿ USA ਦਾ ਇੱਕ ਬਹੁਤ ਬੈਨੀਫਿਟ ਆ ਕਿ ਤੁਹਾਨੂੰ ਇੱਥੇ ਟਿਊਸ਼ਨ ਫੀਸ ਨਹੀਂ ਦੇਣੀ ਪੈਂਦੀ। ਸੋ ਟਿਊਸ਼ਨ ਫੀਸ ਤੁਸੀਂ ਆਫਟਰ ਵੀਜ਼ਾ ਪੇ ਕਰਨੀ ਹੁੰਦੀ ਹੈ। ਸੋ ਦਿਸ ਇਜ਼ ਦਾ ਰੀਜ਼ਨ ਕਿ ਤੁਹਾਨੂੰ ਟਿਊਸ਼ਨ ਫੀਸ ਪਲੱਸ ਤੁਹਾਡਾ ਐਕਸਪੈਂਸ ਦੋਨੋਂ ਦਿਖਾਉਣਾ ਹੁੰਦਾ। ਬਟ ਜਿਹੜੇ ਫੰਡਸ ਹੈਗੇ ਆ, ਉਹ 1 day old ਚੱਲਦੇ ਆ, 3rd-4th ਪਾਰਟੀ ਦੇ ਵੀ ਚੱਲ ਸਕਦੇ ਆ, ਬਟ ਕੋਸ਼ਿਸ਼ ਕਰੋ ਕਿ ਆਪਣੇ ਪੇਰੈਂਟਸ ਦੇ ਹੀ ਲਗਾਓ, ਕਿਉਂਕਿ ਤੁਸੀਂ ਅੰਬੈਸੀ ਨੂੰ ਖੁਦ ਆਨਸਰ ਦੇਣਾ ਹੈ ਇੰਟਰਵਿਊ ਟਾਈਮ। ਸੋ ਜਦੋਂ ਤੁਹਾਡੇ 3rd-4th ਪਾਰਟੀ ਦੇ ਫੰਡਸ ਹੁੰਦੇ ਆ, ਤਾਂ ਤੁਹਾਡੇ ਕੋਲ ਉਹਦਾ ਰੀਜ਼ਨ ਵੀ ਜੈਨੂਅਨ ਹੋਣਾ ਚਾਹੀਦਾ, ਪਲੱਸ ਤੁਹਾਨੂੰ ਇੱਕ ਹੋਰ ਕੁਐਸਚਨ ਆ ਜਾਂਦਾ ਵਾ। ਸੋ ਬੈਟਰ ਇਹੀ ਆ ਕਿ ਆਪਣੇ ਪੇਰੈਂਟਸ ਦੇ ਹੀ ਲਗਾਓ। ਸੋ ਮੋਰ ਡਿਟੇਲਲੀ USA ਦੀ ਐਪਲੀਕੇਸ਼ਨਸ, ਹੁਣ ਤੁਸੀਂ ਅਗਰ ਪਿਚ ਕਰਨਾ ਚਾਹੁੰਦੇ ਹੋ ਤਾਂ ਸਪਟੈਂਬਰ ਇਨਟੇਕ, ਔਰ ਮੈਂ ਜਨਵਰੀ ਇਨਟੇਕ ਨੂੰ ਜ਼ਿਆਦਾ ਪਿਚ ਕਰਾਂਗੀ, ਕਿਉਂਕਿ ਸਲੋਟਸ ਦੀ ਪ੍ਰੋਬਲਮ ਰਹਿੰਦੀ ਆ। ਸੋ ਟਾਈਮ ਸਿਰ ਅਪਲਾਈ ਕਰੋ, ਸਾਡੇ ਕੋਲ ਇੱਕ ਐਕਸਪਰਟ ਇੰਟਰਵਿਊ ਟੀਮ ਹੈਗੀ ਹੈ ਜਿਹੜੀ ਤੁਹਾਨੂੰ ਤਿਆਰੀ ਕਰਾਏਗੀ। ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਦੋ ਵੀਜ਼ਾ ਆਫਿਸ 90410-90410 'ਤੇ। ਸਤਿ ਸ਼੍ਰੀ ਅਕਾਲ।